ਇਧਰੋਂ ਮੋਢਾ ਵਜਿਆ ਐਕਸਕਿਊਜ਼ ਮੀ, ਇਧਰੋਂ ਮੋਢਾ ਵਜਿਆ ਸੋਰੀ, ਇਧਰੋਂ ਮੋਢਾ ਵਜਿਆ ਨੈਵਰ ਮਾਈਂਡ, ਮੈਂ ਐਕਸਕਿਊਜ਼ ਮੀ ਤੇ ਸੋਰੀ ਦੇ ਮੂੰਹ ਚ ਆ ਗਿਆ। ਲਓ ਮੈਂ ਅਸਲਾਮ ਅਲੈਕੁਮ ਨਾਜ਼ਰੀਨ, ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ। ਮੈਂ ਤਾਰਕ ਸਾਨੀ ਤੇ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਨੇ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ, ਔਰ ਇਸ ਫਿਲਮ ਦਾ ਨਾਂ ਹੈ ਬਾਈਕਾਟ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਹ ਫਿਲਮ ਯੂਟਿਊਬ ਤੇ ਮੌਜੂਦ ਨਹੀਂ ਹੈ। 12 ਨਵੰਬਰ 1978 ਬਰੋਜ਼ ਇਤਵਾਰ ਈਦ ਉਲ ਅਜ਼ਹਾ ਦੇ ਮੌਕੇ ਤੇ, ਯਾਨੀ ਕਿ ਵੱਡੀ ਈਦ ਦਾ ਵੱਡਾ ਪ੍ਰੋਗਰਾਮ ਬਾਈਕਾਟ, ਔਰ ਆਪਣੇ ਦੌਰ ਦੀ ਜ਼ਬਰਦਸਤ ਫਿਲਮ ਸੀ, ਸੁਪਰ ਦੁਪਰ ਹਿੱਟ ਫਿਲਮ ਸੀ। ਔਰ ਇਸ ਫਿਲਮ ਨੇ ਲਾਹੌਰ ਦੇ ਅੰਦਰ ਮੁਸਲਸਲ 110 ਹਫ਼ਤੇ ਚੱਲ ਕੇ ਡਾਇਮੰਡ ਜੁਬਲੀ ਦਾ ਰਿਕਾਰਡ ਹਾਸਲ ਕੀਤਾ। ਔਰ ਇਸ ਫਿਲਮ ਦੀ ਖਾਸ ਜਿਹੜੀ ਗੱਲ ਹੈ, ਇਸ ਫਿਲਮ ਦਾ ਇਹ ਗਾਣਾ ਜਿਹੜਾ ਅੱਜ ਤੱਕ ਨਾ ਹੋਇਆ, ਤੈਨੂੰ ਇੰਨਾ ਪਿਆਰ ਕਰਾਂ, ਇਹ ਬੜਾ ਖੂਬਸੂਰਤ ਗਾਣਾ ਸੀ ਔਰ ਉਸ ਦੌਰ ਵਿੱਚ ਬੜਾ ਵਜਿਆ ਸੀ ਇਹ ਗਾਣਾ। ਔਰ ਇਸ ਫਿਲਮ ਨੂੰ ਦੁਬਾਰਾ ਗੁਜਰ 302 'ਚ ਕਾਪੀ ਕੀਤਾ ਗਿਆ ਸੀ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਾਈ, ਆਸੀਆ, ਮੁਸਤਫਾ ਕੁਰੇਸ਼ੀ, ਨਜਮਾ, ਔਰੰਗਜ਼ੇਬ, ਅਦੀਬ, ਰੰਗੀਲਾ, ਸਭਾ, ਚੰਗੇਜ਼ੀ, ਸ਼ੇਖ ਇਕਬਾਲ, ਕਮਾਲ ਇਰਾਨੀ, ਹਦਾਇਤ ਅਹਿਮ ਅਕਰਮ, ਫਿਲਮਸਾਜ ਅਹਿਮ ਅਕਰਮ, ਇਹਨੂੰ ਲਿਖਣ ਵਾਲੇ ਸਨ ਮੁਹੰਮਦ ਕਮਾਲ ਪਾਸ਼ਾ, ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਨਜ਼ੀਰ ਅਲੀ ਨੇ। ਇਹਦੇ ਸ਼ਾਇਰ ਸਨ ਖਵਾਜਾ ਪਰਵੇਜ਼, ਗੁਲਕਾਰ ਨੂਰ ਜਹਾਨ, ਨਾਈਦ ਅਖਤਰ ਅਤੇ ਆਲਮ ਲਹਾਰ, ਕੈਮਰਾਮੈਨ ਇਬਰਾਹੀਮ ਬਾਜਵਾ। ਔਰ ਇਸ ਫਿਲਮ ਦੇ ਅੰਦਰ ਜਿਹੜੀ ਸਭ ਤੋਂ ਖੂਬਸੂਰਤ ਗੱਲ ਸੀ ਕਿ ਇਸ ਫਿਲਮ ਦੇ ਅੰਦਰ ਆਰਫ ਲੋਹਾਰ ਦੇ ਵਾਲਦ ਆਲਮ ਲੋਹਾਰ ਨੇ ਪਹਿਲੀ ਦਫ਼ਾ ਐਕਟਿੰਗ ਕੀਤੀ ਔਰ ਬੜੀ ਹੀ ਜ਼ਬਰਦਸਤ ਐਕਟਿੰਗ ਦਾ ਮੁਜ਼ਾਹਰਾ ਕੀਤਾ। ਔਰ ਉਹਨਾਂ ਦਾ ਇੱਕ ਗਾਣਾ ਬੜਾ ਹੀ ਮਸ਼ਹੂਰ ਹੋਇਆ ਇਸ ਫਿਲਮ ਦਾ, ਔਰ ਬੜਾ ਹੀ ਉਸ ਦੌਰ ਹੀ ਵਜਿਆ ਸੀ। ਉਹ ਗਾਣਾ ਸੀ ਮੁੰਡਾ ਮਾਰ ਕੇ ਹਿਲਾ ਕੇ ਸੋਰੀ ਕਹਿ ਗਈ, ਇਹ ਬੜਾ ਹੀ ਅੱਛਾ ਫਿਲਮ ਦਾ ਗਾਣਾ ਸੀ ਔਰ ਆਲਮ ਲੋਹਾਰ ਸਾਹਿਬ ਨੇ ਐਕਟਿੰਗ ਵੀ ਕੀਤੀ ਔਰ ਇਹ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ। ਔਰ ਮੈਂ ਤੁਹਾਨੂੰ ਦੱਸਦਾ ਜਾਵਾਂ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।